जे आई पतझड़ तां फेर की है, तू अगली रुत च यकीन रखी, मैं लभ के कितों लियाना कलमा, तू फुल्लां जोगी जमीन रखी। पात्र साहब दियां इन्हां सत्रां दे नाल ही अज दे प्रोग्राम दा आगाज़ करदे हां ते पूनम बैंस बसरां वालों प्यार भरी सत श्री अकाल कबूल करनी। ते लओ जी इस दे नाल ही शुरू करदे हां अज दा साडा प्रोग्राम प्यार ही प्यार साडे धार्मिक सैगमेंट दे नाल। वाहिगुरू जी का खालसा, वाहिगुरू जी की फतेह। प्यारे दोस्तो, ਅੱਜ ਸਰੀ ਦੇ ਵਿੱਚ ਮਹਾਨ ਨਗਰ ਕੀਰਤਨ ਹੈ ਜੋ ਕਿ ਸਾਡੇ ਖਿਆਲ ਮੁਤਾਬਕ ਉੱਤਰੀ ਅਮਰੀਕਾ ਜਾਂ ਵਿਦੇਸ਼ਾਂ ਵਿੱਚ ਹੋਣ ਵਾਲਾ ਇਹ ਸਭ ਤੋਂ ਵੱਡਾ ਵਿਸਾਖੀ ਦਾ ਨਗਰ ਕੀਰਤਨ ਹੈ। ਤੁਸੀਂ ਵਿਸਾਖੀ ਦੇ ਨਗਰ ਕੀਰਤਨ ਦੀਆਂ ਕੁਛ ਝਲਕੀਆਂ ਦਾ ਨਜ਼ਾਰਾ ਵੇਖ ਰਹੇ ਹੋ। ਉਮੀਦ ਹੈ ਕਿ ਤੁਸੀਂ ਅੱਜ ਵੀ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸੇ ਨੂੰ ਆਪਣੀ ਸ਼ਰਧਾ ਅਤੇ ਅਕੀਦਤ ਦੇ ਫੁੱਲ ਭੇਟ ਕਰ ਰਹੇ ਹੋਵੋਗੇ। ਸੋ ਇਸ ਨਗਰ ਕੀਰਤਨ ਦੀਆਂ ਕੁਛ ਤਾਜ਼ਾ ਝਲਕੀਆਂ ਤੁਹਾਨੂੰ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਅਸੀਂ ਵਿਖਾਵਾਂਗੇ। ਅਤੇ ਅੱਜ ਦੀ ਸਾਡੀ ਪਿਆਰ ਹੀ ਪਿਆਰ ਦੀ ਟੀਮ ਵੱਲੋਂ ਖਾਲਸੇ ਦੇ ਮਹਾਨ ਜਨਮਦਿਨ ਦੀਆਂ ਵਧਾਈਆਂ ਪੇਸ਼ ਕਰਦੇ ਹੋਏ ਇੱਕ ਛੋਟੀ ਜਿਹੀ ਇਹੀ ਸਿਨੇਮਰ ਸਾਡੀ ਭੇਂਟ ਸੀ ਕਿ ਜੋ ਆਪ ਜੀ ਨੇ ਸਰੀ ਦੇ ਨਗਰ ਕੀਰਤਨ ਦੀਆਂ ਕੁਛ ਝਲਕੀਆਂ ਵੇਖੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Even Golden Page Home Building Guide ਘਰ ਬਣਾਉਣ ਵਾਸਤੇ 58 ਟ੍ਰੇਡ ਦੀਆਂ ਬਾਰੀਕੀਆਂ ਦੀ ਜਾਣਕਾਰੀ ਵਾਸਤੇ Home Building Guide ਹਜ਼ਾਰਾਂ ਡਾਲਰਾਂ ਦੀ ਬਚਤ ਕਰਨ ਵਾਸਤੇ Golden Tips ਕਾਲ ਕਰੋ 7782463426 7782643426। ਸਤਿ ਸ੍ਰੀ ਅਕਾਲ ਜੀ, ਤੁਸੀਂ ਬੈਡਰੂਮ ਸਵੀਟ ਬਣਾਉਣੀ ਚਾਹੁੰਦੇ ਹੋ ਜੀ ਜਾਂ ਹੋਰ ਬੈਡਰੂਮ ਸਵੀਟ ਬਣਾਉਣੀ ਚਾਹੁੰਦੇ ਆ ਜੀ, ਤੁਸੀਂ ਬਾਕਸ ਬੈੱਡ ਬਣਾਉਣਾ ਚਾਹੁੰਦੇ ਆ ਜੀ, ਜਿੰਨਾ ਵੀ ਮਰਜ਼ੀ ਇਹ 'ਚ ਭਾਰ ਪਾਓ ਇਹ ਟੁੱਟਣਗੇ ਨੇ ਜੀ। ਜਿਹੜੇ ਸੂਬੇ ਵਿੱਚ ਤੁਸੀਂ ਰਹਿੰਦੇ ਆ ਜੀ ਉੱਥੇ ਡਿਲੀਵਰ ਕਰਨ ਦਾ ਇੰਤਜ਼ਾਮ ਕਰਦੇ ਆ ਜੀ। ਤੁਸੀਂ ਆਪਣੀ ਮਨਪਸੰਦ ਦੇ ਸੋਫੇ ਤਿਆਰ ਕਰਾਉਣੇ ਚਾਹੁੰਦੇ ਆ ਜੀ, ਬਹੁਤ ਸਾਰੇ ਨਵੇਂ ਡਿਜ਼ਾਈਨ ਤਿਆਰ ਕੀਤੇ ਆ ਜੀ, ਬਹੁਤ ਹੀ ਵਧੀਆ ਡੀਲਾਂ ਦੇ ਰਹੇ ਹਾਂ ਜੀ। ਜੇ ਤੁਸੀਂ ਆਪਣੇ ਮਨਪਸੰਦ ਦੀਆਂ ਡੀਲਾਂ ਲੈਣੀਆਂ ਚਾਹੁੰਦੇ ਆ ਤਾਂ ਸਾਡਾ ਫੋਨ 6045724655। ਸਤਿ ਸ੍ਰੀ ਅਕਾਲ ਜੀ। KWC Production Wood Spindles, Metal Spindles, Glass Railing, Custom Made Railing BC ਦੇ ਕਿਸੇ ਵੀ ਸ਼ਹਿਰ ਵਿੱਚ ਸੇਵਾਵਾਂ ਲੈਣ ਵਾਸਤੇ ਕਾਲ ਕਰੋ 7782463426 7782463426 KWC Production Majestic Kitchen Tech Painting, Staining, Gel Lacquer ਤੇ Polyurethane ਦੀਆਂ ਬੈਸਟ ਸੇਵਾਵਾਂ ਵਾਸਤੇ ਯਾਦ ਰੱਖੋ Majestic Kitchen Tech Unit Number 7 8307124 Street Surrey BC Call Sudeep Singh Bard 604-446-2284। ਪਿਆਰੇ ਦੋਸਤੋ, ਤੁਹਾਡੇ ਵਾਸਤੇ ਇੱਕ ਅਸੀਂ ਨਵਾਂ ਸੈਗਮੈਂਟ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਅਸੀਂ ਹਰ ਹਫ਼ਤੇ ਕੋਈ ਨਾ ਕੋਈ ਨਵਾਂ ਸਪੈਸ਼ਲ ਗੈਸਟ ਲੈ ਕੇ ਆਇਆ ਕਰਾਂਗੇ ਅਤੇ ਤੁਹਾਡੇ ਵਾਸਤੇ ਇਨਫੋਰਮੇਸ਼ਨ ਭਰਪੂਰ ਟੌਪਿਕਸ ਵੱਖਰੇ ਵੱਖਰੇ ਟੌਪਿਕਸ ਦੇ ਉੱਤੇ ਲੈ ਕੇ ਆਇਆ ਕਰਾਂਗੇ। ਅਤੇ ਲਓ ਜੀ, ਹਾਜ਼ਰ ਹਨ ਸਾਡੇ ਅੱਜ ਦੇ ਸਪੈਸ਼ਲ ਗੈਸਟ। ਪ੍ਰੋਗਰਾਮ ਪਿਆਰ ਹੀ ਪਿਆਰ ਵਿੱਚ ਆਪ ਸਭ ਦਾ ਸਵਾਗਤ ਹੈ। ਸਾਡੇ ਸਪੈਸ਼ਲ ਸੈਗਮੈਂਟ ਦੇ ਵਿੱਚ ਸਾਡੇ ਸਪੈਸ਼ਲ ਗੈਸਟ ਪ੍ਰਗਟ ਸਿੰਘ ਪੁਰ ਜੀ, ਡਾਕਟਰ ਸਾਹਿਬ, ਪੀਡੀਆਟੀਸ਼ੀਅਨ, ਬਹੁਤ ਹੀ ਵਧੀਆ ਚਾਇਲ ਸਪੈਸ਼ਲਿਸਟ ਨੇ, ਤੁਸੀਂ ਸਭ ਇਹਨਾਂ ਨੂੰ ਜਾਣਦੇ ਹੋ, ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਪੂਨਮ ਜੀ ਅਤੇ ਸਾਰੇ ਦੇਖਣ ਵਾਲੇ ਸ਼ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਮੇਰੇ ਕੋਲ ਇੱਕ ਸਵਾਲ ਹੈ ਡਾਕਟਰ ਸਾਹਿਬ। ਜੀ ਜੀ। ਮੈਂ ਛੋਟੇ ਬੱਚੇ ਨਿਊ ਬੋਰਨਸ ਵੀ ਅਤੇ 1 ਸਾਲ ਤੋਂ ਅੰਡਰ ਦੀ ਏਜ ਦੇ ਦੇਖੇ ਨੇ, ਉਹਨਾਂ ਦੇ ਜਿੱਦਾਂ ਸਕਿਨ ਦੇ ਉੱਪਰ ਬਹੁਤ ਜ਼ਿਆਦਾ ਲਾਲ ਰੈਸ਼ ਅਤੇ ਉਹ ਬਹੁਤ ਖਾਜ ਕਰਦੇ ਨੇ, ਜੀ ਜੀ, ਉਹ ਕੀ ਚੀਜ਼ ਹੈ? ਇਹ ਬਹੁਤ ਸੋਹਣਾ ਤੁਹਾਡਾ ਕੁਐਸਚਨ ਹੈਗਾ ਪੂਨਮ ਜੀ। ਜਿਹੜੀ ਤੁਸੀਂ ਕੰਡੀਸ਼ਨ ਡਿਸਕ੍ਰਾਈਬ ਕਰ ਰਹੇ ਹੋ ਉਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਐਗਜ਼ੀਮਾ, ਐਗਜ਼ੀਮਾ, ECZEMA। ਅੱਛਾ। ਇਹਦਾ ਮਤਲਬ ਇਹ ਹੁੰਦਾ ਵੀ ਚਮੜ ਦੇ ਵਿੱਚ ਜਿਹੜੀ ਲਾਲੀ ਹੋ ਗਈ, ਧੱਫੜ ਟਾਈਪ ਹੋ ਗਿਆ, ਔਰ ਬੱਚੇ ਨੂੰ ਇਚਿੰਗ ਹੋ ਰਹੀ ਹੈ ਜੀ, ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਕਿੱਥੇ ਵੀ ਹੋ ਜਾਂਦੀ ਆ ਜੀ, ਔਰ ਆਮ ਕਰਕੇ ਛੋਟੇ ਬੇਬੀਸ ਨੂੰ ਧੋਣ ਦੇ ਇੱਥੇ ਹੁੰਦੀ ਹੈ, ਕੱਛਾਂ 'ਚ ਹੁੰਦੀ ਆ, ਫੇਸ ਦੇ ਉੱਤੇ ਹੁੰਦੀ ਆ, ਜੋੜਾਂ ਦੇ ਲਾਗੇ ਹੁੰਦੀ ਆ। ਅੱਛਾ ਜੀ। ਤੇ ਇਹ ਜਿਹੜੇ ਹੈਗੇ ਇਹਦੇ ਕਾਰਨ ਜਿਹੜੇ ਹੈਗੇ ਅਨੇਕ ਹੈਗੇ ਆ। ਅੱਛਾ ਜੀ। ਔਰ ਅਗਰ ਸਮਝੋ ਮੈਂ ਇਹਨੂੰ ਕਲਾਸੀਫਾਈ ਕਰਨ ਨੂੰ ਦੇਖਾਂ, ਹਾਂਜੀ, ਤੇ 50% ਇਹਦਾ ਕਾਰਨ ਹੁੰਦਾ ਸਾਡੀ ਅੰਸ਼,
ਸਾਡੇ ਜੀਨਸ ਸਾਡੇ ਜੈਨੇਟਿਕਸ ਵੀ ਮਾਂ ਦੇ ਵੱਲੋਂ ਜਾਂ ਬਾਪ ਦੇ ਵੱਲੋਂ ਜੀਨਸ ਆ ਰਿਹਾ ਜਿਹੜਾ ਐਗਜ਼ੀਮਾ ਪ੍ਰੋਡਿਊਸ ਕਰ ਰਿਹਾ ਜੀ। ਜਿਹੜਾ 50% ਉਹ ਹੁੰਦਾ ਤੁਹਾਡਾ ਵਾਤਾਵਰਨ ਵੀ ਬੱਚੇ ਨੂੰ ਕੱਪੜੇ ਕਿਹੋ ਜਿਹੇ ਪਾ ਰਹੇ ਆਪਾਂ ਟੈਂਪਰੇਚਰ ਰੂਮ ਦਾ ਕਿੱਦਾਂ ਦਾ ਹੈਗਾ ਉਹਨੂੰ ਲਵਾਵ ਦੇ ਕਿੱਦਾਂ ਜਿੱਦਾਂ ਕਹਿੰਦੇ ਨੇ ਕਿ 100% ਕਾਟਨ ਦੇ ਕੱਪੜੇ ਪਾਓ ਨਾ ਕਿ ਨਾਇਲੋਨ ਜਾਂ ਹੋਰ ਰੇਸ਼ਮੀ ਸਟਫ ਨਾਇਲੋਨ ਪੋਲੀਸਟਰ ਔਰ ਉਹਨਾਂ ਦੇ ਕੱਪੜੇ ਇਹ ਬੱਚੇ ਨੂੰ ਨਹੀਂ ਪਾਉਣੇ ਚਾਹੀਦੇ ਕਾਟਨ ਕਿਉਂਕਿ ਦੇਖੋ ਕਪਾਹ ਜਿਹੜਾ ਹੈਗਾ ਅਸੀਂ ਪਿੰਡਾਂ ਤੋਂ ਆਏ ਹਾਂ ਇਹ ਨੈਚੁਰਲੀ ਉੱਗਦਾ ਨੈਚੁਰਲ ਫੈਬਰਿਕ ਹੈਗਾ ਸੋਫਟ ਹੈਗਾ ਔਰ ਇਹ ਬਰੀਥ ਕਰਦਾ ਇਹਦੇ ਥਰੂ ਹਵਾ ਵੀ ਜਾਂਦੀ ਆ ਸੋ ਇਹ ਇੱਕ ਅੱਛੀ ਚੀਜ਼ ਹੈਗੀ ਵੀ ਉਹਨਾਂ ਨੂੰ 100% ਕਾਟਨ ਦੇ ਕੱਪੜੇ ਪਾਉਣੇ ਚਾਹੀਦੇ ਆ ਸੋ ਵਾਤਾਵਰਨ 'ਚ ਜਿੱਥੇ ਉਹਨਾਂ ਦਾ ਇਹ ਪੱਖ ਹੈਗਾ ਉੱਥੇ ਉਹਨਾਂ ਦੀ ਫੂਡ ਦਾ ਵੀ ਕੰਪੋਨੈਂਟ ਹੁੰਦਾ 5% ਬੱਚਿਆਂ ਨੂੰ ਐਲਰਜੀਸ ਵੀ ਹੋ ਸਕਦੀਆਂ ਸੋ ਐਲਰਜੀਸ ਦੀ ਹਾਂ ਸੋ ਉਸ ਤੋਂ ਵੀ ਜਿਹੜਾ ਹੈਗਾ ਐਗਜ਼ੀਮਾ ਜਿਹੜਾ ਹੈਗਾ ਉਹ ਪਣਪਦਾ ਸੋ ਜਦੋਂ ਅਸੀਂ ਇਹੋ ਜਿਹਾ ਬੱਚਾ ਦੇਖਦੇ ਹਾਂ ਤਾਂ ਪਹਿਲਾਂ ਅਸੀਂ ਹਿਸਟਰੀ ਲੈਂਦੇ ਹਾਂ ਐਗਜ਼ਾਮਿਨ ਕਰਦੇ ਹਾਂ ਫਿਰ ਅਸੀਂ ਦੇਖਦੇ ਹਾਂ ਇਹਨਾਂ ਦੀ ਫੈਮਿਲੀ 'ਚ ਹੈਗਾ ਕਿ ਨਹੀਂ ਪ੍ਰੋਬਲਮ ਫਿਰ ਅਗਰ ਲੋੜ ਪਏ ਤਾਂ ਅਸੀਂ ਐਲਰਜੀ ਟੈਸਟ ਵੀ ਕਰਦੇ ਹਾਂ ਅਤੇ ਇਲਾਜ ਦੇ ਤੌਰ ਦੇ ਉੱਤੇ ਦੇਖੋ ਅਗਰ 100 ਬੱਚੇ ਜਿਨ੍ਹਾਂ ਨੂੰ ਐਗਜ਼ੀਮਾ ਹੋ ਗਿਆ ਉਹਨਾਂ ਦੇ ਵਿੱਚੋਂ 50 ਨੇ 2-3 ਸਾਲ 'ਚ ਠੀਕ ਹੋਣਾ ਇਹਨੂੰ ਲੰਬਾ ਟਾਈਮ ਲੱਗਦਾ ਔਰ 90 ਨੇ 4-6 ਸਾਲ 'ਚ ਠੀਕ ਹੋਣਾ 4-6 ਸਾਲ ਹਾਂ ਹੁਣ 90 ਤੱਕ ਮੈਂ ਕਿਹਾ ਤੁਸੀਂ ਪੁੱਛ ਨਹੀਂ ਰਹੇ ਵੀ 100 ਕਿਉਂ ਨਹੀਂ ਗਿਆ 100 ਕਿਉਂ ਨਹੀਂ ਗਿਆ 10 ਨੇ ਠੀਕ ਨਹੀਂ ਹੋਣਾ ਕਿਉਂਕਿ ਐਡਲਟਸ ਦੇ ਵਿੱਚ ਵੀ 10% ਲੋਕਾਂ ਨੂੰ ਐਗਜ਼ੀਮਾ ਹੈਗਾ ਜਿਹਨੂੰ ਆਪਾਂ ਦੱਦਰ ਕਹਿੰਦੇ ਆ ਜਾਂ ਦੱਦਾਂ ਕਹਿੰਦੇ ਆ ਉਹਨਾਂ ਨੂੰ ਕਈ ਵਾਰ ਕੰਨ ਦੇ ਪਿੱਛੇ ਹੁੰਦਾ ਜੁਆਇੰਟਸ ਦੇ ਲਾਗੇ ਹੁੰਦਾ ਲੇਕਿਨ ਦੇਖੋ 90% ਫਿਰ ਵੀ ਅੱਛਾ ਨੰਬਰ ਹੈ ਵੀ 90% ਚਾਂਸ ਹੈਗੇ ਤੁਹਾਡੇ ਠੀਕ ਹੁੰਦੇ ਹੁਣ ਜਿਹੜਾ ਇਹੋ ਜਿਹਾ ਬੱਚਾ ਅਸੀਂ ਕਹਿੰਦੇ ਹਾਂ ਮਾਂ ਬਾਪ ਨੂੰ ਵੀ ਉਹਨੂੰ ਭਾਵੇਂ ਨਵਾਲਣਾ ਤਾਂ ਦਿਨ 'ਚ ਇੱਕ ਵਾਰੀ ਨਵਾ ਲਓ 5-7 ਮਿੰਟ ਕੋਸਾ ਪਾਣੀ ਹੋਵੇ ਸਾਬਣ ਜਾਂ ਤੇਲ ਜ਼ਿਆਦਾ ਰਗੜਨਾ ਨਹੀਂ ਚਮੜੇ ਦੇ ਉੱਤੇ ਹੌਲੀ ਹੌਲੀ ਉਹਨੂੰ ਡਰਾਈ ਕਰਨਾ ਬਹੁਤ ਆਪਾਂ ਮੋਇਸਚਰਾਈਜ਼ਰ ਯੂਜ਼ ਕਰੀਏ ਮੋਇਸਚਰਾਈਜ਼ਰ 'ਚ ਅਵੀਨੋ ਹੋ ਗਿਆ ਸੀਟਾਫਿਲ ਹੋ ਗਿਆ ਬੇਬੀ ਆਇਲ ਹੋ ਗਿਆ ਵੈਸਲੀਨ ਹੋ ਗਈ ਅਤੇ ਜਿੱਥੇ ਲਾਲੀ ਆ ਜਿੱਥੇ ਖਾਜ ਆ ਉੱਥੇ ਅਸੀਂ ਕਈ ਵਾਰ ਸਟੀਰੋਇਡ ਕਰੀਮ ਯੂਜ਼ ਕਰਦੇ ਹਾਂ ਹਾਈਡਰੋਕੋਟੀਸੋਨ ਹੋ ਸਕਦੀ ਹੈ ਬੀਟਾਡਰਮ ਹੋ ਸਕਦੀ ਆ ਔਰ ਸਮਝੋ ਬੱਚਾ ਅਗਰ ਬਹੁਤ ਜ਼ਿਆਦਾ ਖਾਜ ਕਰਦਾ ਤਾਂ ਕਈ ਵਾਰ ਉਹਨਾਂ ਨੂੰ ਪੀਣ ਵਾਲੀ ਦਵਾਈ ਦੇਣੀ ਪੈਂਦੀ ਆ ਐਂਟੀਹਿਸਟਮਿਨ ਵੀ ਖਾਜ ਘਟੇ ਕੋਟਨ ਦੇ ਕੱਪੜੇ ਟੈਂਪਰੇਚਰ ਘਰ ਦਾ 18-19 ਡਿਗਰੀ ਤੋਂ ਥੱਲੇ ਰੱਖਣਾ ਚਾਹੀਦਾ ਕਿਉਂਕਿ ਸਿਆਲਾਂ 'ਚ ਆਪਾਂ ਹੀਟ ਬਹੁਤ ਯੂਜ਼ ਕਰ ਲੈਂਦੇ ਉਹਦੇ ਨਾਲ ਵੀ ਹੋ ਜਾਂਦਾ ਸੋ ਇਹ ਵੀ ਜਿਹੜਾ ਹੈਗਾ ਸਿਖਾਉਣਾ ਪੈਂਦਾ ਔਰ ਅਗਰ ਲੋੜ ਪਏ ਤਾਂ ਕਈ ਵਾਰ ਮੈਂ ਐਲਰਜੀ ਟੈਸਟ ਵੀ ਕਰਦਾ ਉਹਨਾਂ ਦੇ ਬਟ ਜਦੋਂ ਮੈਂ ਕਿਹਾ ਸਿਰਫ 5% 'ਚ ਐਲਰਜੀਸ ਸਾਨੂੰ ਮਿਲਣਗੀਆਂ ਠੀਕ ਹੈ ਜੀ ਬੜੀ ਹੀ ਵਧੀਆ ਤੁਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਜੀ ਅੱਜ ਸਾਡੇ ਪਰਿਵਾਰਾਂ ਦੇ ਨਾਲ ਕਿਉਂਕਿ ਬੜੀ ਹੀ ਕਾਮਨ ਚੀਜ਼ ਹੈ ਬਹੁਤ ਬੱਚਿਆਂ 'ਚ ਮੈਂ ਨਿਊ ਬੋਰਨਸ ਵਿੱਚ ਉਹਨਾਂ ਦੀਆਂ ਮੋਮਸ ਕਾਫੀ ਕੰਪਲੇਂਟਸ ਕਰ ਰਹੀਆਂ ਨੇ ਸੋ ਅੱਜ ਮੈਨੂੰ ਲੱਗਦਾ ਕਿ ਸਾਡੀਆਂ ਸਾਰੀਆਂ ਭੈਣਾਂ ਨੇ ਸਾਰੇ ਪਰਿਵਾਰਾਂ ਨੇ ਬੜੀ ਹੀ ਵਧੀਆ ਜਾਣਕਾਰੀ ਹਾਸਲ ਕੀਤੀ ਹੋਊਗੀ ਅਸੀਂ ਅਗਲੇ ਹਫਤੇ ਫਿਰ ਮਿਲਾਂਗੇ ਕਿਸੇ ਨਾ ਕਿਸੇ ਹੋਰ ਸਪੈਸ਼ਲ ਟੌਪਿਕ ਦੇ ਉੱਤੇ ਕਿਸੇ ਨਾ ਕਿਸੇ ਸਪੈਸ਼ਲ ਗੈਸਟ ਨੂੰ ਲੈ ਕੇ ਆਵਾਂਗੇ ਅੱਜ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਭੋਜੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਆਪਣੇ ਇੰਨੇ ਬਿਜ਼ੀ ਸਕੈਡਿਊਲ 'ਚੋਂ ਸਾਡੇ ਵਾਸਤੇ ਸਮਾਂ ਕੱਢਿਆ ਥੈਂਕ ਯੂ ਜੀ ਥੈਂਕ ਯੂ ਪੂਨਮ ਜੀ ਅਤੇ ਸਾਰਿਆਂ ਦਾ ਫਿਰ ਧੰਨਵਾਦ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਹੁਣ ਹਾਜ਼ਰ ਨੇ ਆਪਦੇ ਲਈ 3 ਕਮਿਊਨਿਟੀ ਦੀਆਂ ਸੂਚਨਾਵਾਂ ਭਾਈਚਾਰੇ ਦੀਆਂ ਸੂਚਨਾਵਾਂ ਪਹਿਲੀ ਮਹਾਨ ਸੂਚਨਾ ਇਹ ਹੈ ਕਿ ਸਰੀ ਦੇ ਵਿੱਚ 11ਵਾਂ ਮੇਲਾ ਮਾਵਾਂ ਧੀਆਂ ਦਾ ਤ੍ਰਿੰਜਣ ਵੱਲੋਂ ਆਯੋਜਿਤ ਹੋ ਰਿਹਾ ਹੈ ਇਸ ਦੀ ਤਰੀਕ ਹੈ 19 ਅਪ੍ਰੈਲ ਅਤੇ ਇਸ ਦਾ ਸਥਾਨ ਹੈ ਧਾਲੀਵਾਲ ਬੈਂਕਟ ਹਾਲ ਅਤੇ ਇਸ ਦੀ ਵਧੇਰੇ ਜਾਣਕਾਰੀ ਤੁਸੀਂ ਸਕਰੀਨ 'ਤੇ ਆ ਰਹੇ ਨੰਬਰਾਂ ਤੋਂ ਲੈ ਸਕਦੇ ਹੋ ਦੋਸਤੋ ਆਪਨੇ ਬੜੇ ਹੀ ਟੂਰਨਾਮੈਂਟ ਦੇਖੇ ਹੋਣਗੇ ਪੰਜਾਬ ਵਿੱਚ ਇੰਡੀਆ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਮੈਚ ਜਿਹਨੂੰ ਅਸੀਂ ਪੰਜਾਬੀ 'ਚ ਮੈਚ ਵੀ ਕਹਿ ਦਿੰਦੇ ਹੈਗੇ ਹਾਂ ਤੁਸੀਂ ਕੈਨੇਡਾ ਦੇ ਵਿੱਚ ਹੀ ਮੈਚ ਦੇਖੇ ਹੋਣਗੇ ਜਾਣੀ ਕਿ ਡੌਗੀਜ਼ ਦੀਆਂ ਦੌੜਾਂ ਕਬੂਤਰਾਂ ਦੀਆਂ ਉਡਾਰੀਆਂ ਤਾਸ਼ ਦੇ ਵੀ ਮੈਚ ਹੋਏ ਸਰੀ ਦੇ ਵਿੱਚ ਅਤੇ ਇਸ ਤੋਂ ਇਲਾਵਾ ਬਾਕੀ ਸੌਕਰ ਦੇ ਹੋਕੀ ਦੇ ਕਬੱਡੀਆਂ ਇਹ ਤਾਂ ਮਤਲਬ ਇੱਕ ਸਧਾਰਨ ਗੱਲ ਹੋ ਚੁੱਕੀ ਆ ਹੁਣ ਸਾਡੇ ਦੋਸਤ AS ਤਾਰੀ ਸੋਚ ਰਹੇ ਨੇ ਕਿ ਅਸੀਂ ਗੁੱਲੀ ਡੰਡੇ ਦੇ ਮੈਚ ਕਰਾਈਏ ਸਰੀ ਦੇ ਵਿੱਚ ਕਾਹਦੇ ਜੀ ਠੀਕ ਸੁਣਿਆ ਤੁਸੀਂ ਗੁੱਲੀ ਡੰਡੇ ਦੇ ਤੁਸੀਂ ਆਪਣੀ ਰਾਏ ਇਹਨਾਂ ਮੈਚਾਂ ਬਾਰੇ ਵੀ ਕਿਵੇਂ ਕਰਵਾਏ ਜਾਣ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਇਵੈਂਟਸ ਹੋਣ ਤੁਸੀਂ ਆਪਣੀ ਰਾਏ ਸਕਰੀਨ 'ਤੇ ਆ ਰਹੇ ਨੰਬਰਾਂ ਦੇ ਉੱਤੇ ਦੇਣੀ ਤਾਂ ਕਿ ਅਸੀਂ ਇਸ ਦੇ ਬਾਰੇ ਅਗਲਾ ਜੋ ਨਕਸ਼ਾ ਉਲੀਕ ਸਕੀਏ ਮਿਹਰਬਾਨੀ ਦੋਸਤੋ ਸਾਡੇ ਭਾਈਚਾਰੇ ਵਾਸਤੇ ਅਗਲੀ ਸੂਚਨਾ ਇਹ ਹੈ ਕਿ ਸਰੀ ਦੇ ਬੈਲ ਪਰਫੋਰਮਿੰਗ ਸੈਂਟਰ ਵਿੱਚ 30 ਅਗਸਤ 2015 ਨੂੰ ਇੱਕ ਧਾਰਮਿਕ ਡਰਾਮਾ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦਾ ਨਾਂ ਹੈ ਹਿੰਦ ਦੀ ਆਵਾਜ਼ ਅਤੇ ਇਹ ਪੇਸ਼ਕਾਰੀ ਹੈ ਜੀ ਕਮਲ ਮਹਿਰੋਕ ਜੀ ਵੱਲੋਂ ਇਸ ਡਰਾਮੇ ਸੰਬੰਧੀ ਪੂਰੀ ਜਾਣਕਾਰੀ ਜਾਂ ਹੋਰ ਜਾਣਕਾਰੀ ਲੈਣ ਵਾਸਤੇ ਸਕਰੀਨ 'ਤੇ ਆ ਰਹੇ ਨੰਬਰਾਂ 'ਤੇ ਪਲੀਜ਼ ਕਾਲ ਕਰੋ
ਤੇ ਜਾਣਕਾਰੀ ਪ੍ਰਾਪਤ ਕਰੋ। ਪਿਆਰੇ ਦੋਸਤੋ, ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵੀ ਹਰ ਹਫ਼ਤੇ ਦੀ ਤਰ੍ਹਾਂ ਜ਼ਰੂਰ ਪਸੰਦ ਆ ਰਿਹਾ ਹੋਵੇਗਾ। ਤੇ ਲਓ ਜੀ, ਪ੍ਰੋਗਰਾਮ ਨੂੰ ਮਾਣਦੇ ਹੋਏ ਅਗਲਾ ਗੀਤ ਵੀ ਮਾਣੋ ਜੀ, ਜਿਸ ਨੂੰ ਆਵਾਜ਼ ਦਿੱਤੀ ਹੈ ਸਾਡੇ ਲੋਕਲ ਸਿੰਗਰ ਸੁੱਖੀ ਲਾਲੀ ਜੀ ਨੇ। ਪਿਆਰੇ ਦੋਸਤੋ, ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹਮੇਸ਼ਾ ਦੀ ਤਰ੍ਹਾਂ ਪਸੰਦ ਆ ਰਿਹਾ ਹੋਵੇਗਾ। ਅਤੇ ਇਸ ਦੇ ਨਾਲ ਹੀ ਸਾਡੇ ਵਪਾਰੀ ਵੀਰਾਂ ਅਤੇ ਭੈਣਾਂ ਵਾਸਤੇ ਇਹ ਸੂਚਨਾ ਹੈ ਕਿ ਜੇਕਰ ਤੁਸੀਂ ਆਪਣੇ ਵਪਾਰ ਵਿੱਚ ਵਾਧਾ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਇਸ ਵਕਤ ਆ ਰਹੇ ਨੰਬਰ 'ਤੇ ਸੰਪਰਕ ਕਰੋ ਅਤੇ ਵਧੀਆ ਰੇਟ 'ਤੇ ਇੱਕ ਪੈਕੇਜ ਡੀਲ ਜਿਹੜੀ ਕਿ ਸਾਡੀ ਟੀਮ ਨੇ ਤਿਆਰ ਕੀਤੀ ਹੈ ਸਪੈਸ਼ਲੀ ਵਪਾਰੀ ਵੀਰਾਂ ਅਤੇ ਭੈਣਾਂ ਵਾਸਤੇ, ਉਸ ਨੂੰ ਹਾਸਲ ਕਰੋ, ਉਸ ਬਾਰੇ ਜਾਣਕਾਰੀ ਹਾਸਲ ਕਰੋ। ਅਤੇ ਇਸ ਦੇ ਨਾਲ ਹੀ ਲਓ ਜੀ, ਹਾਜ਼ਰ ਹੈ ਅਗਲੀ ਪੇਸ਼ਕਸ਼। ਸਾਡਾ ਅੱਜ ਦਾ ਕੰਸਟਰਕਸ਼ਨ ਟਿਪ ਸੈਗਮੈਂਟ ਹਾਜ਼ਰ ਹੈ ਦੋਸਤੋ ਤੁਹਾਡੇ ਵਾਸਤੇ। ਅਤੇ ਲਓ ਜੀ, ਸਵਾਗਤ ਕਰਦੇ ਹਾਂ AS ਤਾਰੀ ਜੀ ਦਾ, ਜਿਹੜੇ ਬੜੇ ਹੀ ਵਧੀਆ ਟਿਪਸ ਲੈ ਕੇ ਹਾਜ਼ਰ ਹੋ ਗਏ ਨੇ। ਸਤਿ ਸ਼੍ਰੀ ਅਕਾਲ ਤਾਰੀ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਤਾਂ ਤੁਸੀਂ ਬੜੀ ਕੇਸਰੀ ਪੱਗ ਬੰਨੀ ਹੋਈ ਹੈ, ਕੀ ਗੱਲ ਹੈ? ਹਾਂਜੀ, ਕਦੇ ਕਦੇ ਮਨ ਲਈ ਦੀ ਹੈ। ਅੱਜ ਇੱਦਾਂ ਵੀ ਨਗਰ ਕੀਰਤਨ ਦਾ ਦਿਨ ਹੈ ਅਤੇ ਸਾਡੇ ਸਾਰੇ ਭੈਣ ਭਰਾ, ਸਾਰੇ ਪਰਿਵਾਰ ਨਗਰ ਕੀਰਤਨ ਇੰਜੋਏ ਕਰ ਰਹੇ ਹੋਣਗੇ ਇਸ ਵਕਤ। ਬਿਲਕੁਲ ਬਿਲਕੁਲ, ਹੁਣ ਤਾਂ ਇੰਜੋਏ ਕਰ ਦੇਣਗੇ ਪੂਰਾ ਜੀ। ਬਿਲਕੁਲ ਜੀ, ਅਤੇ ਇਸ ਦੇ ਨਾਲ ਹੀ ਆਪਣੇ ਟਿਪਸ ਵੀ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਟੋਪਿਕ ਹੈ ਪੇਂਟਿੰਗ ਐਂਡ ਸਟੇਨਿੰਗ। ਸਾਨੂੰ ਇਹ ਦੱਸੋ ਤਾਰੀ ਜੀ ਕਿ ਪੇਂਟ ਅਤੇ ਸਟੇਨ ਵਿੱਚ ਫਰਕ ਕੀ ਆ? ਪੇਂਟ ਅਤੇ ਸਟੇਨ ਦੇ ਵਿੱਚ ਫਰਕ ਹੈਗਾ ਗਾ, ਜਿੱਥੇ ਤਾਂ ਸਟੇਨ ਹੋਣਾ ਗਾ ਉਹਦਾ ਮਤਲਬ ਹੈਗਾ, ਆਹ ਦੇਖੋ ਟੇਬਲ ਦੇ ਉੱਤੇ ਗ੍ਰੇਨ ਦਿਸ ਰਹੇ ਨੇ। ਹਾਂਜੀ, ਜਿਹੜਾ ਪੇਂਟ ਹੁੰਦਾ ਗਾ ਉਹਦੇ ਵਿੱਚ ਗ੍ਰੇਨ ਨਹੀਂ ਦਿੰਦੇ। ਓ ਅੱਛਾ ਜੀ, ਠੀਕ। ਅਤੇ ਸਟੇਨ ਜਿਹੜਾ ਹੈਗਾ ਗਾ ਉਹ ਲੱਕੜੀ ਨੂੰ ਪੋਲਿਸ਼ ਕਰਦਾ, ਇੱਕ ਜਿਹੜਾ ਪੇਂਟ ਹੈਗਾ ਉਹ ਗ੍ਰੇਨ ਕਵਰ ਕਰ ਦਿੰਦਾ ਗਾ। ਓ ਅੱਛਾ ਜੀ, ਅਤੇ ਸਟੇਨਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਸਟੇਨਿੰਗ ਇਨਸਾਈਡ ਦੇ ਵਿੱਚ ਵੱਖਰੀ ਹੁੰਦੀ ਹੈਗੀ, ਆਊਟਸਾਈਡ ਦੇ ਵਿੱਚ ਵੱਖਰੀ ਹੁੰਦੀ ਹੈ। ਅੱਛਾ ਜੀ, ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਫਾਈਬਰ ਦੀ ਡੋਰ ਨੂੰ ਸਟੇਨ ਕਰ ਦਿਆਂਗੇ ਜੀ, ਉਹਨੂੰ ਰੈਗੂਲਰ ਸਟੇਨ ਨਹੀਂ ਹੁੰਦਾ। ਅੱਛਾ ਜੀ, ਉਹਨੂੰ ਜੈਲ ਸਟੇਨ ਹੀ ਕਰਿਆ ਜਾਂਦਾ ਗਾ। ਅੱਛਾ ਜੀ, ਇੱਕ ਕਿਸਮ ਹੈਗੀ ਹੈ ਜੈਲ ਸਟੇਨਿੰਗ। ਜੈਲ ਸਟੇਨ ਹੁੰਦਾ ਗਾ, ਇਹਦਾ ਮਤਲਬ ਇਹ ਹੈਗਾ ਹੁਣ ਜਿਹੜੀ ਲੱਕੜੀ ਹੈ ਇਹਦੇ ਵਿੱਚ ਵੜ ਜਾਂਦਾ ਸਟੇਨ ਜੀ, ਜਿਹੜੀ ਫਾਈਬਰ ਹੈ ਉਹਦੇ ਵਿੱਚ ਨਹੀਂ ਵੜਦਾ। ਅੱਛਾ ਜੀ, ਇਹਦਾ ਮਤਲਬ ਹੈਗਾ ਆਪਾਂ ਨੂੰ ਜੈਲ ਸਟੇਨ ਆਊਟਸਾਈਡ 'ਤੇ ਜਿਹੜੀ ਫਾਈਬਰ ਦੀ ਡੋਰ ਆ ਉਹਨੂੰ ਜੈਲ ਸਟੇਨ ਹੀ ਕਰਨਾ ਚਾਹੀਦਾ। ਅਤੇ ਇਨਸਾਈਡ ਕਿਹੜੀ ਚਾਹੀਦੀ? ਇਨਸਾਈਡ ਦੇ ਵਿੱਚ ਜਿਹੜਾ ਰੈਗੂਲਰ ਸਟੇਨ ਹੁੰਦਾ ਗਾ ਉਹੀ ਚਾਹੀਦਾ ਗਾ। ਠੀਕ ਹੈ ਜੀ, ਅਤੇ ਕੀ ਪੇਂਟ ਦੀਆਂ ਵੀ ਵੱਖਰੀਆਂ ਵੱਖਰੀਆਂ ਕਿਸਮਾਂ ਹੁੰਦੀਆਂ ਨੇ ਜਿਵੇਂ ਤੁਸੀਂ ਹੁਣੇ ਸਟੇਨਿੰਗ ਦੀਆਂ ਦੱਸੀਆਂ? ਹਾਂਜੀ, ਪੇਂਟ ਦੀਆਂ ਵੀ ਹੁਣ ਆਊਟਸਾਈਡ ਦੇ ਉੱਤੇ ਓਇਲ ਬੇਸ ਹੁੰਦਾ ਗਾ, ਇਨਸਾਈਡ ਦੇ ਵਿੱਚ ਹੁੰਦਾ ਜਿਹੜਾ ਆਪਾਂ ਉਹਦੇ ਵਿੱਚ ਪਾਣੀ ਪਾ ਕੇ ਵੀ ਕਰ ਸਕਦੇ ਹੈਗੇ ਹਾਂਗੇ, ਜਿੱਦਾਂ ਮਰਜ਼ੀ ਆਪਾਂ ਡਾਰਕ ਕਰ ਲਓ, ਲਾਈਟ ਕਰ ਲਓ, ਪਰ ਆਊਟਸਾਈਡ ਦੇ ਵਿੱਚ ਓਇਲ ਬੇਸ ਹੀ ਕਰਨਾ ਪੈਂਦਾ ਗਾ। ਜਿੰਨੀਆਂ ਆਊਟਸਾਈਡ ਦੇ ਵਿੱਚ ਆਪਣੀਆਂ ਘਰ ਦੇ ਦੁਆਲੇ ਲੱਕੜੀਆਂ ਲੱਗਦੀਆਂ ਨੇ, ਹਰ ਇੱਕ ਲੱਕੜੀ ਨੂੰ ਪੇਂਟ ਕਰਨਾ ਬਹੁਤ ਜ਼ਰੂਰੀ ਆ, ਅਦਰਵਾਈਜ਼ ਇੰਸਪੈਕਟਰ ਨੂੰ ਪਾਸ ਵੀ ਨਹੀਂ ਕਰਦਾ। ਅੱਛਾ ਜੀ, ਅਤੇ ਪੇਂਟਿੰਗ ਦੇ ਹੋਰ ਕੀ ਫਾਇਦੇ ਨੇ, ਕਿਉਂ ਕੀਤੀ ਜਾਵੇ ਪੇਂਟਿੰਗ? ਪੇਂਟ ਦੇ ਨਾਲ ਹੁਣ ਦੇਖੋ, ਜੇ ਆਪਾਂ MDF ਵੀ ਯੂਜ਼ ਕਰਦੇ ਹਾਂ
ਉਹਦੇ ਉੱਪਰ ਆਪਾਂ ਪੇਂਟ ਕਰ ਦਿੰਦੇ ਹਾਂ, ਉਹਦੀ ਲਾਈਫ ਵੱਧ ਜਾਂਦੀ ਹੈਗੀ, ਕਿਉਂਕਿ ਪੇਂਟ ਕਰਨਾ ਬਹੁਤ ਜ਼ਰੂਰੀ ਹੈ, ਇਸੇ ਕਰਕੇ ਇੰਸਪੈਕਸ਼ਨ ਨਹੀਂ ਕਰਦੇ ਇੰਸਪੈਕਟਰ। ਉਹ ਅੱਛਾ ਜੀ, ਠੀਕ ਹੈ। ਅਤੇ ਜੇ ਪੇਂਟਿੰਗ ਨਾ ਕੀਤੀ ਜਾਵੇ ਫਿਰ ਲੱਕੜੀ ਦੀ ਉਮਰ ਘੱਟ ਜਾਂਦੀ ਹੈ? ਲੱਕੜੀ ਦੀ ਲਾਈਫ ਘੱਟ ਜਾਂਦੀ ਹੈ। ਠੀਕ ਹੈ ਜੀ। ਸੋ ਬੜੇ ਹੀ ਵਧੀਆ ਤੁਸੀਂ ਸਾਨੂੰ ਅੱਜ ਕੰਸਟਰਕਸ਼ਨ ਟਿਪਸ ਦਿੱਤੇ। ਸਾਨੂੰ ਪੂਰੀ ਆਸ ਹੈ ਕਿ ਸਾਡੇ ਪਰਿਵਾਰ ਇਸ ਤੋਂ ਪੂਰਾ ਫਾਇਦਾ ਉਠਾਉਣਗੇ ਅਤੇ ਪੇਂਟਿੰਗ ਐਂਡ ਸਟੇਨਿੰਗ ਦੀਆਂ ਜੇ ਹੋਰ ਵੀ ਤੁਸੀਂ ਕੋਈ ਜਾਣਕਾਰੀ ਜਾਂ ਕੋਈ ਹੋਰ ਸਲਾਹ ਮਸ਼ਵਰਾ ਲੈਣਾ ਹੋਵੇ ਤਾਂ ਬੇਝਿਜਕ ਹੋ ਕੇ ਤੁਸੀਂ ਤਾਰੀ ਜੀ ਨਾਲ ਕੰਟੈਕਟ ਕਰ ਸਕਦੇ ਹੋ। ਸਾਨੂੰ ਇੱਥੇ ਹੀ ਆਗਿਆ ਦਿਓ, ਅਗਲੇ ਹਫ਼ਤੇ ਫਿਰ ਨਵੇਂ ਟਿਪਸ ਹੋਰ ਕਿਸੇ ਟੋਪਿਕ 'ਤੇ ਲੈ ਕੇ ਆਵਾਂਗੇ। ਸਤਿ ਸ਼੍ਰੀ ਅਕਾਲ। ਸਾਡੀ ਮੋਤੀਆਂ ਦੇ ਮਾਲਾ ਵਾਂਗੂ ਪਰੋਏ ਹੋਏ ਇਸ ਪ੍ਰੋਗਰਾਮ ਪਿਆਰ ਹੀ ਪਿਆਰ ਦਾ ਅਗਲਾ ਮੋਤੀ ਹੈ ਜੀ ਸਲੀਮ ਦੀ ਆਵਾਜ਼ ਦਾ ਇਹ ਗੀਤ। Security bar, aluminum railing, glass railing, aluminum metal, welding, patio. Unit 111-8377-128 Street, Surrey, BC. Call 604-773-1452. Real fireplaces and lightings. Gas ਅਤੇ ਇਲੈਕਟ੍ਰਿਕ ਫਾਇਰਪਲੇਸਿਸ ਦਾ BC ਦਾ ਸਭ ਤੋਂ ਵੱਡਾ ਸ਼ੋਰੂਮ। Crystal Lighting ਦੇ ਸਪੈਸ਼ਲਿਸਟ। Real fireplaces and lighting. 78 Avenue and 128 Street ਦੇ ਕੋਰਨਰ ਤੇ Surrey BC. 604-593-5393. Sharma and Associates Certified General Accountant. Quick tax returns, personal, corporate, trust, society, accounting, GST, PST, WCB, payroll, bookkeeping and financial statement. 131884 Avenue, Surrey, BC. Call 604-597-5612. ਪਿਆਰੇ ਦੋਸਤੋ, ਤੇ ਹੁਣ ਵਾਰੀ ਆ ਗਈ ਹੈ ਤੁਹਾਡੇ ਤਾਂ ਮੇਰੇ ਮਨ ਪਾਉਂਦੇ ਸੈਗਮੈਂਟ ਚੁੰਝ ਚਰਚਾ ਦੀ। ਤੇ ਲਓ ਵੇਖਦੇ ਹਾਂ ਕਿ ਮੇਰੇ ਪਿਆਰੇ ਦੋਸਤ ਲਾਲ ਪਦਿਆਣਵੀ ਜੀ ਅਤੇ ਮੇਰੀ ਪਿਆਰੀ ਸਹੇਲੀ ਬਿਨੀ ਵਿਰਕ ਜੀ ਅੱਜ ਕਿਹੜਾ ਟੌਪਿਕ ਸਾਡੇ ਵਾਸਤੇ ਲੈ ਕੇ ਆਏ ਹਨ। ਚੁਣ ਚਰਚਾ ਵਿੱਚ ਬਿਨੀ ਵਿਰਕ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਲ ਪਧਿਆਣ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਮਿਹਰਬਾਨੀ। ਹਾਂਜੀ, ਅੱਜ ਦਾ ਕਿਹੜਾ ਟੌਪਿਕ ਹੈ ਜੀ ਤੁਹਾਡਾ?
ਅੱਜ ਅਸੀਂ ਇੱਕ ਬੜੇ ਗੁੰਝਲਦਾਰ ਵਿਸ਼ਾ ਲੈ ਕੇ ਆਏ ਹਾਂ। ਅੱਗੇ ਤੁਸੀਂ ਸਿੱਧਾ ਕਦੋਂ ਨੇ ਉਹਨੇ ਸਾਰੇ ਗੁੰਝਲਦਾਰ ਵਿਸ਼ੇ ਲੈ ਕੇ ਆਏ। ਹਾਂਜੀ, ਤੇ ਉਸ ਜਿਹੜਾ ਗੁੰਝਲਦਾਰ ਵਿਸ਼ਾ ਇਸ ਲਈ ਕਿ ਅੱਜ ਮੈਂ ਤੁਸੀਂ ਸਾਰੀਆਂ ਗੁੰਝਲਾਂ ਖੋਲ ਦੇ ਉਹਦੀਆਂ। ਆਹ ਕੀ ਬਾਤ ਹੈ, ਕੋਸ਼ਿਸ਼ ਕਰਾਂਗੇ। ਤੇ ਕੀ ਹੈ ਜੀ ਸਬਜੈਕਟ? ਜਿਹੜਾ ਸਬਜੈਕਟ ਉਹ ਹੈ ਨੀਅਤ। ਆਹਾਹਾ, ਜਿਹਨੂੰ ਪੰਜਾਬੀ 'ਚ ਸਿੱਧਾ ਕਹਿੰਦੇ ਨੀਤ। ਹਾਂਜੀ, ਵਾਹ ਵਾਹ ਵਾਹ। ਹਾਂਜੀ, ਤੇ ਜਿਹੜਾ ਨੀਅਤ ਹੈ ਇਹਦਾ ਸ਼ਾਬਦਿਕ ਅਰਥ ਕੀ ਹੈ ਸਾਡੇ ਕਲਚਰ ਦੇ ਵਿੱਚ ਜਾਂ ਸਾਡੇ ਸੱਭਿਆਚਾਰ ਦੇ ਵਿੱਚ ਜਾਂ ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ? ਕੀ ਬਾਤ ਹੈ, ਕੀ ਬਾਤ ਹੈ। ਪਹਿਲਾ ਸਵਾਲ ਬੜਾ ਔਖਾ ਕਿ ਦੇਖੋ, ਆਮ ਕਰਕੇ ਹੁੰਦਾ ਇਹ ਲਫ਼ਜ਼ ਹੈਗਾ ਨੀਅਤ। ਹਾਂਜੀ, ਪਰ ਅਸੀਂ ਬੋਲਦੇ ਨੀਤ, ਕਿਉਂਕਿ ਉਹ ਅਸੀਂ ਐਡੇ ਨੂੰ ਓਮਿਟ ਕਰ ਜਾਂਦੇ, ਕੋਈ ਗੱਲ ਨਹੀਂ। ਹਾਂਜੀ, ਇਹ ਜਾਨੀ ਕਿ ਬੋਲਣ ਦਾ ਇਹ ਹੈਗਾ ਅੰਦਾਜ਼। ਪਰ ਹਿੰਦੀ ਦੇ ਵਿੱਚ ਇਹਨੂੰ ਕਹਿੰਦੇ ਆਕਾਂਕਸ਼ਾ। ਅੱਛਾ ਜੀ। ਤੇ ਨਾਲ ਕਹਿ ਦਿੰਦੇ ਮਨਸ਼ਾ। ਮਨਸ਼ਾ, ਜਾਂ ਹਿੰਦੀ 'ਚ ਵੀ ਨੀਅਤ ਕਹਿੰਦੇ ਆ, ਪਰ ਉਹ ਯਈਏ ਨਾਲ ਹੈ। ਓਕੇ, ਪਰ ਜੇ ਪੰਜਾਬੀ 'ਚ ਯਈਏ ਨਾਲ ਨੀਅਤ ਲਿਖੋ ਨਾ, ਤਾਂ ਉਹ ਹੁੰਦਾ ਵੀ ਕਿਹੜਾ ਦਿਨ ਨੀਅਤ ਹੋਇਆ, ਜਿੱਦਾਂ ਵਿਆਹ ਦਾ ਜਾਂ ਕਿਸੇ ਚੀਜ਼ ਦਾ ਅਖੰਡ ਪਾਠ ਦਾ ਨੀਅਤ ਨਿਸ਼ਚਿਤ ਹੋਣਾ। ਹਾਂ, ਨਿਸ਼ਚਿਤ, ਕਿਹੜਾ ਦਿਨ ਨੀਅਤ ਕੀਤਾ ਗਿਆ। ਉਸ ਤੋਂ ਬਾਅਦ ਹੈਗਾ ਸੰਸਕ੍ਰਿਤ ਦੇ ਵਿੱਚ ਤਾਂ ਅੰਤ ਕੋਈ ਨਹੀਂ, ਪਰ ਫਿਰ ਵੀ ਮੈਂ ਦੋ ਕੁ ਲਫ਼ਜ਼ ਦੱਸ ਦਿੰਦਾ ਜੀ। ਹਾਂਜੀ, ਇੱਕ ਹੈਗਾ ਚਿੱਤੇ। ਅੱਛਾ ਜੀ, ਹੈ। ਅੱਛਾ, ਦੂਸਰਾ ਹੈਗਾ ਅਭੀ ਪ੍ਰਾਏ। ਅੱਛਾ ਜੀ, ਹੈਂ ਜੀ। ਅਤੇ ਫਿਰ ਬਾਕੀ, ਕਿਉਂਕਿ ਬਹੁਤ ਸਾਰੇ ਸਾਡੇ ਉਰਦੂ ਬੋਲਣ ਵਾਲੇ ਭੈਣਾਂ ਭਰਾ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਆ, ਉਹਨਾਂ ਨੂੰ ਪਤਾ ਤਾਂ ਲੱਗੇ ਵੀ ਅਸੀਂ ਕਿਹਦੇ ਬਾਰੇ ਗੱਲ ਕਰਨ ਲੱਗੇ ਹਾਂ। ਸੋ ਅਸੀਂ ਕਰਨ ਲੱਗੇ ਹਾਂ ਜਿਸ ਨੂੰ ਕਿ ਉਰਦੂ ਦੇ ਵਿੱਚ ਨੀਅਤ ਕਹਿੰਦੇ ਆ, ਜਾਂ ਫਿਰ ਇਰਾਦਾ ਕਹਿ ਲਓ। ਅੱਛਾ ਜੀ, ਸੋ ਮਤਲਬ ਇੰਨਾ ਕੁ ਥੋੜ੍ਹਾ ਜਿਹਾ ਗਿਆਨ, ਕਿਉਂਕਿ ਸੀਮਤ ਸਮੇਂ ਦੇ ਵਿੱਚ ਇੰਨੀ ਕੁ ਗੱਲਬਾਤ ਹੋ ਸਕਦੀ ਹੈ। ਅਤੇ ਜਿਹੜਾ ਨੀਅਤ ਹੈ ਇਹ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਬਹੁਤ ਜੁੜਿਆ ਹੋਇਆ, ਅਤੇ ਇਹਦੀ ਸਾਡੇ ਕਲਚਰ ਦੇ ਵਿੱਚ ਇਹਨੂੰ ਕਿਵੇਂ ਲਿਆ ਜਾਂਦਾ? ਦੇਖੋ, ਮੈਂ ਇਹ ਦੱਸਣ ਲੱਗਿਆ ਵੀ ਸਾਡੇ ਕਲਚਰ ਦੇ ਵਿੱਚ ਇਹਨੂੰ ਹਮੇਸ਼ਾ ਨਾ ਬਾਚ ਹੀ ਲਿਆ ਜਾਂਦਾ। ਹਾਂਜੀ, ਜੇ ਚੰਗੀ ਨੀਤ ਵਾਲਾ ਬੰਦਾ ਹੋਵੇ ਤਾਂ ਕਹਿੰਦੇ ਨੇ ਵੀ ਬੜੀ ਚੰਗੀ ਨੀਤ ਦੀਦੀ, ਜਦੋਂ ਮਾੜੀ ਨੀਤ ਹੋਵੇ ਫਿਰ ਕਹਿੰਦੇ ਯਾਰ ਬੜੀ ਬੁਰੀ ਨੀਤ, ਬੜੀ ਨੀਤ ਨਾ ਦਿੱਤੀ ਚੀਜ਼ ਬੜੀ। ਅੱਛਾ, ਨਾਲ ਇਹ ਆ ਸਾਡੇ ਪੰਜਾਬੀ 'ਚ ਬਰਨੀਤਾ ਵੀ ਕਹਿ ਦਿੰਦੇ ਆ, ਉਹ ਅਸਲ 'ਚ ਨੀਤ ਦੇ ਮੂਹਰੇ ਬੁਰ ਪਾਤਾ, ਬੁਰਨੀਤਾ, ਬੁਰਾ ਜਾਣੀ ਕਿ ਬੁਰੀ ਨੀਤ ਵਾਲਾ। ਹਾਂ, ਇਸ ਕਰਕੇ ਨਾ ਬਰਨੀਤਾ ਜਿਹਾ। ਅੱਛਾ, ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਕਲਚਰ ਦੇ ਵਿੱਚ ਆਮ ਕਰਕੇ ਇਸ ਨੂੰ ਨੈਗੇਟਿਵ ਲਿਆ ਜਾਂਦਾ। ਨੈਗੇਟਿਵ ਤਿੰਨਾਂ ਗੱਲਾਂ 'ਚ ਲਿਆ ਜਾਂਦਾ। ਅੱਛਾ ਜੀ, ਇੱਕ ਤਾਂ ਖਾਣ 'ਚ ਲਿਆ ਜਾਂਦਾ, ਜਿਹੜਾ ਭੱਜ ਕੇ ਖਾਣੇ ਨੂੰ ਪੈ ਜਾਏ, ਟੁੱਟ ਕੇ ਪੈ ਜਾਏ, ਖਾਣੋ ਨਾ ਹਟੇ, ਇਹਨੇ ਕਦੇ ਦੇਖਿਆ ਹੀ ਨਹੀਂ ਕੁਛ, ਕਹਿੰਦੇ ਹਾਬੜਿਆ ਦੇਖੋ ਇਹਦੀ ਨੀਤ। ਹਾਂਜੀ, ਹੈ। ਅੱਛਾ, ਦੂਜਾ ਆ ਜਿਹੜਾ ਕਿਸੇ ਦਾ ਹੱਕ ਨਾ ਅਦਾ ਕਰੇ। ਹਾਂਜੀ, ਉਹ ਕਹਿੰਦਾ ਵੀ ਉਹਦਾ ਹੱਕ ਬਣਦਾ, ਇਹਦੀ ਨੀਤ ਨਹੀਂ ਹੈ ਦੇਣ ਦੀ। ਹਾਂਜੀ, ਅਤੇ ਤੀਜਾ ਹੈਗਾ ਵੀ ਜਦੋਂ ਅਸੀਂ ਸੋਸ਼ਲ ਤੌਰ 'ਤੇ, ਜਿਵੇਂ ਮੰਨ ਲਓ ਉਦਾਹਰਣ ਦੇ ਤੌਰ 'ਤੇ ਮੈਂ ਤੁਹਾਡੇ ਛਤਰੀ ਮੰਗ ਲਈ, ਤੁਹਾਨੂੰ ਉਹਦਾ ਕੰਮ ਨਹੀਂ ਹੈ ਕਿ ਤੁਹਾਡੇ ਕੋਲ ਵਿਹਲੀ ਪਈ ਆ। ਹਾਂਜੀ, ਜਦੋਂ ਪਿੰਡਾਂ 'ਚ ਕਹਿੰਦੇ ਗੱਡਾ ਯਾਰ ਤੇਰਾ ਤਾਂ ਵਿਹਲਾ ਪਿਆ, ਫਿਰ ਵੀ ਨਾ ਦਿੱਤੀ, ਫਿਰ ਵੀ ਨਾ ਦਿੱਤੀ, ਤੇ ਕਹਿੰਦੇ ਉਹ ਮਾੜੀ ਨੀਤ ਵਾਲੇ ਤੋਂ ਕਿੱਥੇ ਮੰਗ ਲਈ, ਜਾਣੀ ਕਿ ਉਹ ਗੱਡਾ, ਉਹ ਟਰੋਲੀ, ਉਹ ਟਿਲਰ, ਅਸੀਂ ਜ਼ਿੰਮੇਦਾਰ ਇੱਕ ਦੂਜੇ ਤੋਂ ਮੰਗੇ ਲੈਂਦੇ ਆ, ਉਹ ਪਿਆ ਖਾਲੀ। ਹਾਂਜੀ, ਤਦੇ ਕਹਿੰਦੇ ਉਹ ਬੁਰੇ ਨੀਤ, ਬੁਰੀ ਨੀਤ। ਇਸ ਕਰਕੇ ਇਹ ਸਾਡੇ ਪੰਜਾਬੀ ਦੇ ਵਿੱਚ ਨੀਅਤ ਤੋਂ ਇਹ ਭਾਵ ਲਿਆ ਜਾਂਦਾ। ਅੱਛਾ ਜੀ, ਤੇ ਇੱਕ ਆਮ ਸੁਣਨ ਚ ਆਇਆ, ਹਰ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਸ਼ਾਇਦ ਇਹ ਕਹਾਵਤ ਵਰਤੀ ਹੋਵੇ ਕਿ ਨੀਤਾਂ ਨੂੰ ਮੁਰਾਦਾ ਹੁੰਦੀ। ਤੁਸੀਂ ਕਹਿੰਦੇ ਵਰਤੀ ਹੋਵੇ, ਇਹਦੇ ਬਿਨਾਂ ਤਾਂ ਰੋਜ਼ ਦਿਨ ਨਹੀਂ ਲੰਘਦਾ। ਤੇ ਇਸ ਕਹਾਵਤ ਤੋਂ ਕੀ ਭਾਵ ਹੈ? ਹਾਂ, ਦੇਖੋ, ਹੁਣ ਅਸੀਂ ਕੀ ਇਹ ਕਹਿੰਦੇ ਹਾਂ ਵੀ ਜਿਹੜਾ ਕੋਈ ਬੰਦਾ ਕੰਮ ਕਰਦਾ ਉਹ ਚੰਗੀ ਨੀਤ ਨਾਲ ਕਰਦਾ, ਹਾਂਜੀ, ਫਿਰ ਉਹਨੂੰ ਮੁਰਾਦਾਂ 'ਚ ਨਹੀਂ ਲੱਗਦੀਆਂ। ਇਹਦਾ ਮਤਲਬ ਇਹ ਆ, ਫਿਰ ਕੀ ਮਤਲਬ ਹੋਇਆ ਵੀ ਬੰਦੇ ਨੇ ਉਹਦੀ ਤਾਂ ਚੰਗੀ ਨੀਤ ਸੀ, ਉਹਦਾ ਤਾਂ ਉਹਨੇ ਕਿਹਾ ਵੀ ਮੈਂ ਐੱਮ ਏ ਕਰਨੀ ਹੈ, ਬੀ ਏ ਕਰਨੀ ਹੈ, ਪੀ ਐੱਚ ਡੀ ਕਰਨੀ, ਆਈ ਏ ਐੱਸ ਕਰਨੀ, ਪੀ ਸੀ ਐੱਸ ਕਰਨਾ, ਜੋ ਵੀ ਕਰਨਾ ਉਹ ਕਰਦਾ। ਇੱਥੋਂ ਸਾਰਾ ਉਹਨਾਂ ਦਾ ਇਹ ਭਾਵ ਆ ਵੀ ਉਹ ਬੰਦਾ, ਹਾਂਜੀ, ਉਹ ਬੰਦਾ ਜਿਹੜਾ ਵਿਹਲੀ ਪਈ ਚੀਜ਼ ਨੂੰ ਮਤਲਬ ਸੇਵਾ ਜਾਂ ਵੰਡ ਕੇ ਚੀਜ਼ਾਂ ਨੂੰ ਨਹੀਂ ਵਰਤ ਸਕਦਾ ਜਾਂ ਸੇਵਾ ਨਹੀਂ ਕਰ ਸਕਦਾ ਜਾਂ ਜਿਹਦੇ ਕੋਲ ਇੱਕ ਸੋਸ਼ਲ ਭਾਵਨਾ, ਸਮਾਜਿਕ ਭਾਵਨਾ ਹੈ ਨਹੀਂ ਗੀ, ਅਤੇ ਉਸ ਬੰਦੇ ਦੀ ਨੂੰ ਦੀ ਨੀਤ ਇੱਦਾਂ ਹੈ, ਇਸ ਕਰਕੇ ਉਹਨੂੰ ਮੁਰਾਦਾਂ ਨਹੀਂ ਲੱਗਦੀਆਂ। ਅਤੇ ਇੱਕ ਜਿਵੇਂ ਕਿਸੇ ਕਵੀ ਨੇ ਕਿਹਾ, ਬਖਸ਼ ਦੇਤਾ ਹੈ ਖੁਦਾ ਉਨਕੋ ਜਿਨਕੀ ਕਿਸਮਤ ਖਰਾਬ ਹੋਤੀ ਹੈ। ਬਖਸ਼ ਦੇਤਾ ਹੈ ਖੁਦਾ ਉਨਕੋ ਜਿਨਕੀ ਕਿਸਮਤ ਖਰਾਬ ਹੋਤੀ ਹੈ, ਆਹਾ, ਨਹੀਂ ਬਖਸ਼ਤਾ ਉਨਕੋ ਕਭੀ ਵੀ ਜਿਨਕੀ ਨੀਅਤ ਖਰਾਬ ਹੋਤੀ ਹੈ। ਵਾਹ ਵਾਹ ਵਾਹ। ਇਸ ਤੋਂ ਕੀ ਭਾਵ ਹੈ, ਉਹ ਕੀ ਕਹਿਣਾ ਚਾਹੁੰਦਾ ਕਵੀ? ਇੱਥੇ ਜਿਹੜੇ ਕਵੀ ਨੇ ਬਹੁਤ ਵਧੀਆ ਸਾਡੇ ਲਈ ਇਰਸ਼ਾਦ ਕੀਤਾ, ਉਹਨੇ ਇਹ ਕਿਹਾ ਵੀ ਦੇਖੋ, ਅਸੀਂ ਕਿਸਮਤ ਤਾਂ ਇੱਕ ਇਮੈਜਨਰੀ ਚੀਜ਼ ਹੈ ਨਾ, ਫਿਰ ਲੋਕ ਕਹਿੰਦੇ ਤੇਰੀ ਕਿਸਮਤ ਹੀ ਖਰਾਬ ਹੈ, ਤੇਰੀ ਕਿਸਮਤ ਹੀ ਖਰਾਬ ਆ, ਉਹ ਕਹਿੰਦੇ ਰੱਬ ਉਹਨੂੰ ਵੀ ਬਖਸ਼ ਦਿੰਦਾ, ਕਿਉਂਕਿ ਜਿਹਦੀ ਜਿਹਨੇ ਖਰਾਬ ਕੀਤੀ ਚੰਗੀ ਵੀ ਕਰ ਦੂ। ਹਾਂਜੀ, ਜੇ ਮਾੜੇ ਦਿਨ ਸੀ ਚੰਗੇ ਵੀ ਆ ਜਾਣਗੇ, ਜਾਂ ਪਰਮਾਤਮਾ ਦਾ ਕੀ ਪਤਾ ਉਹਨੇ ਕਦੋਂ ਦਇਆ ਦੇ ਘਰ ਚਾ ਕੇ ਉਹਦੇ ਲੇਖ ਬਦਲ ਦੇਣੇ। ਪਰ ਉਹ ਕਹਿੰਦੇ ਜਿਹਦੀ ਨੀਅਤ ਖਰਾਬ ਆ, ਹਾਂਜੀ, ਜਿਹਦੇ ਨੀਅਤ ਦੇ ਵਿੱਚ, ਜਿਹਦੇ ਸੁਭਾਅ ਦੇ ਵਿੱਚ ਦੂਸਰਿਆਂ ਦਾ ਭਲਾ ਕਰਨਾ ਨਹੀਂ ਲਿਖਿਆ ਆ, ਉਹ ਦੀ ਕਦੀ ਰੱਬ ਉਹਦੇ 'ਤੇ ਮਿਹਰ ਨਹੀਂ ਕਰਦਾ, ਉਹੀ ਮੁੜ ਕੇ ਗੱਲ ਉਹ ਆ ਗਈ ਵੀ ਨੀਅਤ ਨੂੰ ਮੁਰਾਦਾ।
ਹਾਂਜੀ, ਭਲਾ ਕਰੋ ਨਾ ਕਰੋ, ਪਰ ਕਿਸੇ ਦਾ ਭਲਾ ਸੋਚ ਤਾਂ ਸਕਦੇ ਹਾਂ ਆਪਾਂ, ਜੇ ਨਹੀਂ ਕਰ ਸਕਦੇ, ਇੱਕ ਸੋਚਣ ਸ਼ਕਤੀ 'ਚ ਤਾਂ ਉਹਨੂੰ ਪੈਦਾ ਕਰ ਸਕਦੇ ਹਾਂ। ਦੇਖੋ, ਸੋਚਣ ਤੋਂ ਬਾਅਦ ਫਿਰ ਉਹਨੂੰ ਅਮਲ 'ਚ ਵੀ ਲਿਆਉਣਾ ਨਾ। ਹਾਂਜੀ, ਅਸੀਂ ਸੋਚ ਕੇ ਕੀ ਕਰਨਾ? ਹੁਣ ਮੈਂ ਉੱਥੇ ਆਪਣੇ ਪਿੰਡੇ ਸੋਚੀ ਜਾਵਾਂ, ਮੈਂ ਕੈਨੇਡਾ ਨੂੰ ਜਾਣਾ, ਤੁਸੀਂ ਆਪਣੇ ਸ਼ਹਿਰ ਸੋਚੀ ਜਾਂਦੇ, ਮੈਂ ਕੈਨੇਡਾ ਨੂੰ ਜਾਣਾ, ਸੋਚਣ ਨਾਲ ਕੀ ਕਰਨਾ? ਸੋਚਣਾ ਵੀ ਆ, ਉਹਨੂੰ ਅਮਲ 'ਚ ਵੀ ਲਿਆਉਣਾ। ਅਤੇ ਪਰ ਜਿਹੜੀ ਨੀਅਤ ਹੈ ਇਹ ਆਮ ਦੁਨੀਆ ਨੂੰ ਕਿਵੇਂ ਦਿਖ ਸਕਦੀ? ਕਿਉਂਕਿ ਜਿਹੜੀ ਦੁਨੀਆ ਉਹ ਕਿਸੇ ਇਨਸਾਨ ਨੂੰ ਉਹਦੇ ਪਹਿਰਾਵੇ ਤੋਂ, ਉਹਦੇ ਵਿਵਹਾਰ ਤੋਂ ਉਹਦਾ ਮੂਹ ਲਾਂਕਣ ਕਰਦੀ ਹੈ। ਪਰ ਜਿਹੜਾ ਪਰਮਾਤਮਾ ਹੈ, ਕਹਿੰਦੇ ਉਹ ਉਹਦੀ ਨੀਅਤ ਤੋਂ ਉਹਦੇ ਤੇ ਬਖਸ਼ਿਸ਼ਾਂ ਕਰਦਾ ਹੈ। ਤੇ ਉਹ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਹਾਂਜੀ ਹਾਂ, ਹੁਣ ਕਿਸੇ ਦੇ ਪਹਿਰਾਵੇ ਤੋਂ ਨੀਅਤ ਤਾਂ ਨਹੀਂ ਪਤਾ ਲੱਗ ਸਕਦਾ, ਕਿਸੇ ਦੇ ਵਿਵਹਾਰ ਤੋਂ ਵੀ ਪਤਾ ਲੱਗ ਸਕਦਾ, ਕਈਆਂ ਦਾ ਇੱਕ ਮਿੰਟ 'ਚ ਪਤਾ ਲੱਗ ਜਾਂਦਾ। ਹਾਂਜੀ, ਜਿੱਦਾਂ ਮੈਂ ਕਿਹਾ ਖਾਣੇ ਦੇ ਸੰਬੰਧ ਜਿੱਦਾਂ ਟੁੱਟ ਕੇ ਪੈ ਜਾਵੇ। ਹਾਂਜੀ, ਅੱਛਾ, ਕਈ ਵਾਰੀ ਬੱਚੇ ਇੱਕ ਬੱਚੇ ਦੋ ਬੱਚਿਆਂ ਨੂੰ ਚੀਜ਼ ਦਿੱਤੀ ਜਾਂਦੀ ਆ, ਉਹ ਕਹਿੰਦੇ ਵੀ ਇਹਦੇ ਕੋਲ ਥੋੜ੍ਹੀ ਤੂੰ ਉਹਨੂੰ ਦੇ ਦੇ, ਉਹ ਇੱਕ ਦੇ ਦਿੰਦਾ, ਜਦੋਂ ਕੱਲ੍ਹ ਨੂੰ ਹੋਰ ਕਿਸੇ ਚੀਜ਼ ਦੀ ਵਾਰੀ ਆ ਗਈ, ਉਹ ਕਹਿੰਦੇ ਅੱਜ ਤੂੰ ਇਹਨੂੰ ਦੇ ਦਿਓ, ਕਹਿੰਦਾ ਮੈਂ ਨਹੀਂ ਦਿੰਦਾ। ਉਹ ਕਹਿੰਦੇ ਹੈ ਇਹਦੀ ਨੀਤ ਨਹੀਂ ਸਹੀ। ਜੇ ਮਾੜੀ ਨੀਤ ਨਾਲ ਕਿਸੇ ਨੂੰ ਕੋਈ ਚੀਜ਼ ਦਿੱਤੀ ਜਾਵੇ, ਕਿ ਲੈਣ ਵਾਲੇ ਨੂੰ ਉਹਨੂੰ ਕੋਈ ਫਾਇਦਾ ਹੋ ਸਕਦਾ? ਦੇਖੋ, ਮਾੜੀ ਨੀਤ ਦੇ ਨਾਲ ਉਹੀ ਤਾਂ ਗੱਲ ਆ ਵੀ ਜੇ ਤਾਂ ਉਹਦਾ ਹੱਕ ਆ ਤਾਂ ਉਹ ਦੇਣੀ ਚਾਹੀਦੀ ਆ, ਫਿਰ ਜੇ ਤੁਸੀਂ ਨਹੀਂ ਦਿੰਦੇ ਤੁਹਾਡੀ ਮਾੜੀ ਨੀਤ ਆ। ਪਰ ਸਾਡੀ ਕਲਚਰ ਦੇ ਵਿੱਚ ਇਹਨੂੰ ਪਤਾ ਨਹੀਂ ਕਿਉਂ ਇੱਦਾਂ ਜੋੜ ਲਿਆ, ਕੋਈ ਫਲਦਾ ਨਹੀਂ। ਮਾੜੀ ਨੀਤ ਨਾਲ ਕੋਈ ਵੀ ਚੀਜ਼ ਦਿੱਤੀ ਜਿਹੜੀ ਆ ਉਹ ਇਹ ਸਮਝਦੇ ਕੋਈ ਫਲਦੀ ਨਹੀਂ, ਇਹ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਜਿਹੜੀ ਚੀਜ਼ ਦੇ ਦਿੱਤੀ ਉਹ ਤਾਂ ਦੇ ਦਿੱਤੀ ਆ, ਪਰ ਇਹ ਮੰਨਿਆ ਜਾਂਦਾ ਜਾਂ ਸਾਡੇ ਇਹ ਤੁਸੀਂ ਕਲਚਰ ਤਾਂ ਕਹਿ ਲਓ ਇਹਦੇ 'ਚ ਇੱਦਾਂ ਮੰਨਿਆ ਜਾਂਦਾ। ਹਾਂਜੀ, ਅਤੇ ਜਿਹੜੀ ਨੀਅਤ ਹੈ ਇਹਨੂੰ ਜਿਹੜਾ ਸਾਡਾ ਧਾਰਮਿਕ ਜਗਤ ਹੈ ਇਸ ਦੇ ਵਿੱਚ ਕਿਸ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ? ਇਹੀ ਕਿਹਾ ਜਾਂਦਾ, ਦੇਖੋ ਕਰਮ ਕੀ ਹੈ ਜਾਂ, ਹਾਂਜੀ, ਤੇਰਾ ਕਰਮ ਸਹੀ ਹੋਣਾ ਚਾਹੀਦਾ, ਤੂੰ ਫਲ ਦੀ ਚਿੰਤਾ ਨਾ ਕਰ, ਤੂੰ ਫਲ ਦੀ ਚਿੰਤਾ ਨਾ ਕਰ। ਇਸੇ ਤਰ੍ਹਾਂ ਆਪਣੇ ਗੁਰੂ ਦੀ, ਆਪਣੇ ਮਹਾਰਾਜ ਦੀ, ਆਪਣੇ ਪਰਮਾਤਮਾ ਦੀ, ਇਹ ਤਾਂ ਹਰ ਜਗ੍ਹਾ ਲਿਖਿਆ ਵੀ ਆਪਣੇ ਮਾਪਿਆਂ ਦੀ, ਆਪਣੇ ਗੁਰੂ ਦੀ, ਉਹ ਜਿਹੜੀ ਨੀਅਤ ਆ, ਹਾਂ, ਤੂੰ ਸਹੀ ਨੀਤ ਨਾਲ, ਸਾਫ਼ ਨੀਤ ਨਾਲ, ਤੈਨੂੰ ਮਾਪਿਆਂ ਨੇ ਪਹਿਲਾਂ ਬਥੇਰਾ ਕੁਛ ਦੇ ਦਿੱਤਾ, ਤੈਨੂੰ ਗੁਰੂ ਨੇ ਪਹਿਲਾਂ ਬਥੇਰਾ ਕੁਛ ਬਖਸ਼ਿਆ, ਪਰਮਾਤਮਾ ਨੇ ਤੈਨੂੰ ਪਹਿਲਾਂ ਬਥੇਰਾ ਕੁਛ ਬਖਸ਼ਿਆ। ਇਹ ਬੰਦਿਆ, ਤੂੰ ਆਪਣੀ ਸਿੱਧੀ ਨੀਤ ਦੇ ਨਾਲ ਉਹਦਾ ਨਾਂ ਲਈ ਜਾ, ਕਿਸੇ ਧਾਰਮਿਕ ਸਥਾਨ ਤੇ ਜਾਣਾ ਤੇ ਆਪਣਾ ਦਿਲ ਸਾਫ਼ ਕਰਕੇ ਜਾ, ਪਰਮਾਤਮਾ ਨੇ ਆਪੀ ਬਖਸ਼ ਜਾਂਦੇ, ਭੰਡਾਰ ਲਾ ਦੇਣੇ ਨੇ। ਉਹੀ ਦਿਲ ਸਾਫ਼ ਕਰਨ ਦਾ ਮਤਲਬ ਇਹੀ ਆ ਵੀ ਨੇਕ ਨੀਅਤ ਲੈ ਕੇ ਜਾ। ਹਾਂਜੀ, ਨੇਕ ਨੀਅਤ, ਇੱਕ ਬਦ ਨੀਅਤ ਹੁੰਦੀ ਆ, ਇੱਕ ਹੁੰਦੀ ਨੇਕ ਨੀਅਤ। ਸੋ ਇੱਕ ਨੀਅਤ ਵੈਸੇ ਹੁੰਦੀ ਆ, ਹਾਂਜੀ, ਉਹ ਨਿਊਟਰਲ ਹੋ ਗਈ, ਜਿਹੜੀ ਨੇਕ ਨੀਅਤ ਚੰਗੇ ਪਾਸੇ ਨੂੰ ਝੁਕਦੀ ਆ, ਬਦ ਨੀਅਤ ਬਿਲਕੁਲ ਬੁਰੇ ਪਾਸੇ ਨੂੰ ਝੁਕਦੀ ਆ। ਸੋ ਨੇਕ ਨੀਅਤ ਸਾਨੂੰ ਹਮੇਸ਼ਾ ਰੱਖਣੀ ਚਾਹੀਦੀ ਆ। ਤੁਸੀਂ ਬਹੁਤ ਹੀ ਥੋੜ੍ਹੇ ਟਾਈਮ ਦੇ ਵਿੱਚ ਜਿਹੜਾ ਨੀਅਤ ਸ਼ਬਦ ਇਹਨੂੰ ਬਹੁਤ ਹੀ ਖੋਲ੍ਹ ਕੇ ਸਾਡੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮਿਹਰਬਾਨੀ ਤੁਹਾਡੀ ਵੀ, ਅਤੇ ਜਿਹੜਾ ਤੁਸੀਂ ਇੰਨਾ ਸੋਹਣਾ ਸ਼ੇਅਰ ਸੁਣਾਇਆ। ਥੈਂਕ ਯੂ, ਸ਼ੁਕਰੀਆ ਮਿਹਰਬਾਨੀ ਜੀ। ਅਤੇ ਅਗਲੇ ਇਸੇ ਨਾਲ ਅਸੀਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਗਲੇ ਹਫ਼ਤੇ ਇਸੇ ਦਿਨ ਫਿਰ ਮਿਲਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਪਿਆਰੇ ਦੋਸਤੋ, ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਬੜੀ ਹੀ ਵਧੀਆ ਸੂਚਨਾ ਲੈ ਕੇ ਆਏ ਹਾਂ ਕਿ KWC ਪ੍ਰੋਡਕਸ਼ਨਜ਼ ਵਾਲੇ ਕਾਰਪੈਂਟਰੀ ਦੇ ਵਰਕਰਸ ਦੀ ਭਾਲ ਵਿੱਚ ਹਨ। ਜੇਕਰ ਤੁਹਾਨੂੰ ਕਾਰਪੈਂਟਰੀ ਦਾ ਕੰਮ ਆਉਂਦਾ ਹੈ ਤਾਂ ਬੇਝਿਜਕ ਹੋ ਕੇ ਤੁਸੀਂ ਸਕਰੀਨ 'ਤੇ ਇਸ ਵਕਤ ਆ ਰਹੇ ਨੰਬਰ 'ਤੇ ਸੰਪਰਕ ਕਰੋ ਅਤੇ ਆਪਣੀ ਕਾਰਪੈਂਟਰੀ ਦੀ ਜੌਬ ਹਾਸਿਲ ਕਰੋ। ਅਤੇ ਇਸ ਦੇ ਨਾਲ ਹੀ ਇੱਕ ਹੋਰ ਖੁਸ਼ਖਬਰੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਿ ਬਹੁਤ ਹੀ ਵਧੀਆ ਪੰਜਾਬੀ ਦਾ ਇੱਕ ਮੇਲਾ ਸ਼ੋਅ ਹੋਣ ਜਾ ਰਿਹਾ ਹੈ, ਜਿਸ ਦੀ ਜ਼ਿਆਦਾ ਜਾਣਕਾਰੀ ਅਸੀਂ ਤੁਹਾਨੂੰ ਅਗਲੇ ਹਫ਼ਤੇ ਦੇਵਾਂਗੇ। ਸੋ ਦਿਲ ਥਾਮ ਕੇ ਬੈਠਣਾ, ਅਗਲੇ ਹਫ਼ਤੇ ਤੁਹਾਨੂੰ ਬਹੁਤ ਹੀ ਵਧੀਆ ਮੇਲੇ ਦੀ ਜਾਣਕਾਰੀ ਦੇਵਾਂਗੇ। ਮੈਨੂੰ ਇੱਥੇ ਹੀ ਆਗਿਆ ਦਿਓ। ਪੂਨਮ ਬੈਂਸ ਬਸਰਾ ਵੱਲੋਂ ਸਤਿ ਸ੍ਰੀ ਅਕਾਲ।